जिला पठानकोट के सुजानपुर में आवारा पशुओं के झुंड का शिकार हुए एक युवक की मौत का मामला सामने आया है। हालांकि दूसरे युवक को काफी गंभीर हालत में स्थानीय अस्पताल पहुंचा गया। साथ ही मृतक के परिवार वालों और स्थानीय लोगों ने प्रशासन की सुरक्षा पर सवाल खड़े करते हुए आवारा पशुओं पर नकेल कसने के लिए कहा है। वहीं स्थानीय पुलिस थाने के SHO प्रेम कुमार ने जानकारी देते हुए बताया कि दोनों युवक दोपहिया वाहन पर सवार थे, तभी आवारा पशुओं का एक झुंड सड़क पर आ खड़ा हुआ, जिस वजह से दोनों युवक हादसे का शिकार हो गए। मामला दर्ज कर कार्रवाई शुरू कर दी गई। साढ़े पिंडों लड़का एक कल बाजार गया ही शाम कोई 9 बजे नाल, ते सुजानपुर तो जिले वापस अपने पिंड नूं आ रहा ही पठानकोट रोड ते, ते रस्ते विच जिहड़े आवारा पशु हैं इंदा एक झुंड उत्थे सड़क ते यकदम अग्गे आ गया, तो मोटरसाइकिल ते अपने ध्यान आ रहा ही, तो वो उन्दे नाल बजन करके उन्दा मोटरसाइकिल जिहड़ा साइड ते पै गया, तो वह मुंडा जिहड़ा मुंडे मुंडे पिया ते ਉਹਦਾ ਮੌਕੇ 'ਤੇ ਨਹੀਂ ਇਲਾਜ ਹੋਣ ਕਰਕੇ ਜਾਂ ਮੌਕੇ 'ਤੇ ਨਹੀਂ ਚੁੱਕਣ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ। ਦੂਜੀ ਤਰਫ ਤੋਂ ਇੱਕ ਪਠਾਨਕੋਟ ਤੋਂ ਹੋਰ ਲੜਕਾ ਆ ਰਿਹਾ ਸੀ, ਉਹਦਾ ਵੀ ਪਸ਼ੂਆਂ ਦੇ ਕਰਕੇ ਹੀ ਉੱਥੇ ਐਕਸੀਡੈਂਟ ਹੋਇਆ, ਉਸੇ ਟਾਈਮ ਉਹਦੀ ਵੀ ਡੈਥ ਹੋ ਗਈ ਹੈ। ਇਹ ਕੱਲ੍ਹ ਰਾਤ ਆਪਣੇ ਜੀ ਫੋਨ ਆਇਆ ਵੀ ਜਿਹੜਾ ਸੁਜਾਨਪੁਰ ਤੋਂ ਪਠਾਨਕੋਟ ਰੋਡ 'ਤੇ ਜਿਹੜਾ ਰੋਡ ਜਾਂਦੀ ਹੈ ਅਤੇ ਉੱਥੇ ਦੋ ਬੋਲ ਦੇ ਜਿਹੜੇ ਭਿੜ ਰਹੇ ਸੀ ਆਪਸ 'ਚ, ਅਤੇ ਇੱਕ ਮੋਟਰਸਾਈਕਲ ਮੁੰਡਾ ਆਪਣੇ ਸਾਹਿਲ ਪੁੱਤਰ ਬਲਵਾਨ ਸਿੰਘ ਇਹ ਪਠਾਨਕੋਟ ਵੱਲੋਂ ਸੁਜਾਨਪੁਰ ਨੂੰ ਆ ਰਿਹਾ ਸੀ, ਅਤੇ ਇੱਕ ਆਪਣੇ ਗੁਲਸ਼ਨ ਕੁਮਾਰ ਪੁੱਤਰ ਮੰਗਲਦਾਸ ਇਹ ਆਪਣੇ ਪਿੰਡ ਮੁੱਦੇ ਦਾ, ਇਹ ਆਪਣਾ ਜਾ ਰਿਹਾ ਸੀ ਪਠਾਨਕੋਟ ਨੂੰ। ਇਹ ਆਪਣੇ ਇਹਨਾਂ ਨੂੰ ਹਨੇਰੇ ਦਾ ਪਤਾ ਨਹੀਂ ਲੱਗਾ ਅਤੇ ਭਿੜਦੇ ਭਿੜਦੇ ਆਪਣੇ ਉਹਨਾਂ ਦੇ ਵਿੱਚ ਜਾ ਟਕਰਾਏ ਅਤੇ ਜਿਹੜੇ ਕਾਫੀ ਗੰਭੀਰ ਜ਼ਖਮੀ ਹੋ ਗਏ। ਉੱਥੇ ਮੌਕੇ ਦਾ ਅਮਰਪਾਲ ਸਿੰਘ ਬੁੱਧੀ ਨਗਰ ਦਾ ਸਰਪੰਚ ਆ, ਉਹ ਮੌਕੇ 'ਤੇ ਸੀ, ਉਹਨੇ ਐਂਬੂਲੈਂਸ ਨੂੰ ਬੁਲਾ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ, ਪਰ ਰਸਤੇ ਦੇ ਵਿੱਚ ਉਹ ਦਮ ਦੇ ਗਏ, ਮਤਲਬ ਜ਼ਖਮ ਦਿੱਤਾ, ਮਤਲਬ ਇੰਨਾ ਕਿ ਉਹ ਬਚ ਚੁੱਕੇ ਸੀ, ਜਿਹਨਾਂ ਦੀ ਮੌਤ ਹੋ ਗਈ, ਜਿਹਨਾਂ ਕਿ ਆਪਣੇ SA ਬਲਵਿੰਦਰ ਨੂੰ ਮੌਕੇ 'ਤੇ ਭੇਜਿਆ, ਜਿਹੜਾ 174 ਦੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾ ਰਹੀ ਹੈ।